subscribe our channel for latest updates. ਕਿਆ ਲੁੱਟ ਲਿਆ ਹਾਏ 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 ਖਾਨ ਹੀ ਬਤਾਉਂਦੇ ਹਾਏ 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 ਧੁੱਕੇ ਮਾਰਦੇ ਹਾਏ 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 ਕੈਪਟਨ ਸਰਕਾਰ ਹਾਏ 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 ਮੰਗਾਂ ਨਹੀਂ ਮੰਨਦੇ ਹਾਏ ਹਾਏ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਕਾਂਗਰਸ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ਪਟਿਆਲੇ ਦੇ ਲੀਲਾ ਭਵਨ ਵਿੱਚ ਕਾਂਗਰਸ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਨੇ ਧਰਨਾ ਦਿੱਤਾ ਅਤੇ ਉਹਨਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਠੇਕੇ ਤੇ ਭਰਤੀ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਨੂੰ ਪੱਕਾ ਕਰੇਗੀ, ਪਰ ਅੱਜ 10 ਮਹੀਨੇ ਹੋ ਚੁੱਕੇ ਨੇ, ਅੱਜ ਤੱਕ ਕਿਸੇ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ। ਪੰਜਾਬ ਭਰ ਦੇ ਵਿੱਚ 50,000 ਦੇ ਕਰੀਬ ਕਰਮਚਾਰੀ ਹਨ ਜੋ ਠੇਕੇ ਤੇ ਕੰਮ ਕਰਦੇ ਨੇ, ਜਿਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕੈਪਟਨ ਸਰਕਾਰ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਵਾਅਦੇ ਨਾ ਭੁੱਲਣ ਅਤੇ ਜੋ ਕਿਹਾ ਹੈ ਉਸ ਨੂੰ ਪੂਰਾ ਕਰੇ। ਮੈਂ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦਾ ਸੂਬਾਈ ਮੈਂਬਰ ਹੈਗਾ ਅਤੇ ਸਾਡਾ ਜੋ ਅੱਜ ਦਾ ਪ੍ਰੋਗਰਾਮ ਹੈਗਾ ਆ, ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਜਦੋਂ ਵੀ ਸਰਕਾਰ ਬਣੇਗੀ ਤਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਜੋ ਕੱਚੇ ਕਾਮਿਆਂ ਦਾ ਨੂੰ ਪੱਕੇ ਕਰਨ ਲਈ ਜੋ ਬਿੱਲ ਬਣਿਆ ਸੀਗਾ 2016 ਬਿੱਲ ਵੈਲਫੇਅਰ ਐਕਟ, ਉਸਨੂੰ ਅਸੀਂ ਲਾਗੂ ਕਰਾਂਗੇ। ਪਰ ਸਾਨੂੰ 8 ਵਾਰ ਮੀਟਿੰਗਾਂ ਮਿਲ ਗਈਆਂ ਹੈਗੀਆਂ, ਚੀਫ ਸੈਕਟਰੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਆ, ਜੋ ਉਹਨਾਂ ਦੇ ਆਪਣੇ ਸੈਕਟਰੀ ਹੈਗੇ ਆ ਸਾਰੇ ਵੱਖੋ ਵੱਖਰੀ, MP ਸਿੰਘ ਹੈਗੇ ਜੀ, ਸੰਦੀਪ ਸੰਧੂ, ਉਹਨਾਂ ਨਾਲ ਵੀ ਸਾਡੀ ਮੀਟਿੰਗਾਂ ਹੋਈਆਂ ਆ, ਪਰ ਅੱਜ ਤੱਕ ਸਾਡਾ ਜੋ ਵਾਅਦਾ ਹੈ ਉਹ ਵਫਾ ਨਹੀਂ ਹੋਇਆ। ਅਤੇ ਇੰਨੇ ਵਾਰ ਸਮਾਂ ਮਿਲਣ ਤੋਂ ਬਾਅਦ ਵੀ ਕੈਪਟਨ ਸਾਹਿਬ ਨੇ ਖੁਦ ਇੱਕ ਵੀ ਮੀਟਿੰਗ ਨਹੀਂ ਕੀਤੀ। ਤੋ ਅੱਜ ਅਸੀਂ ਰੋਸ ਸਵਰੂਪ ਸਾਰੇ ਹੀ ਪੰਜਾਬ ਵਿੱਚ ਜੋ ਡਿਸਟ੍ਰਿਕਟ ਹੈੱਡਕੁਆਰਟਰ ਹੈਗੇ ਆ ਕਾਂਗਰਸ ਦੇ, ਉੱਥੇ ਅਸੀਂ ਧਰਨਾ ਲਗਾਇਆ ਹੈਗਾ। ਅਤੇ ਇਸ ਧਰਨੇ ਵਿੱਚ ਜੋ ਉਹਨਾਂ ਨੇ ਆਪਣੇ ਵਾਅਦੇ ਕੀਤੇ ਸੀਗੇ ਉਸਦੀ ਇੱਕ ਪਿਕਚਰ ਫਰੇਮ ਕਰਕੇ ਉਹਨਾਂ ਨੂੰ ਅਸੀਂ ਨਵੇਂ ਸਾਲ ਦੇ ਸਵਰੂਪ ਵਿੱਚ ਗਿਫਟ ਦਿੱਤਾ ਆ। ਪੰਜਾਬ ਭਰ 'ਚ ਕਿੰਨੇ ਕੁ ਮੁਲਾਜ਼ਮ ਜਿਹੜੇ ਹੈਗੇ ਆ? ਪੰਜਾਬ ਵਿੱਚ ਲਗਭਗ 50,000 ਮੁਲਾਜ਼ਮਾਂ ਦੀ ਗਿਣਤੀ ਹੈਗੀ ਆ ਜੋ ਕੱਚੀ ਹੈਗੀ ਆ, ਅਤੇ ਉਸਦੇ ਉਸਨੂੰ ਪੱਕਾ ਕਰਨ ਲਈ ਸਾਡਾ ਜੋ ਪ੍ਰਯਾਸ ਹੈ ਉਹ ਜਾਰੀ ਹੈਗਾ। ਸਾਰੇ ਵੱਖ ਵੱਖ ਅਦਾਰਿਆਂ ਵਿੱਚ? ਸਾਰੇ ਵੱਖ ਵੱਖ ਅਦਾਰਿਆਂ ਵਿੱਚੋਂ, ਸਾਰੇ ਅਦਾਰਿਆਂ ਵਿੱਚ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।